लो भी दोस्तों ते आज तुहानू दिखाउणे आ पंजाब दा इतिहास जिहड़ा पुराने समयां वेले हुंदा सी ते इह सारा बनाया बापू गुरमेल सिंह जी ने लक्कड़ दा ते सारा समान है जिहड़ा इह लक्कड़ दा बणिया होइआ नरक स्वर्ग ते होर भी बहुत कुछ है ते सारा तुसीं देखिओ ते बापू जी इहदा आपां नूं इतिहास भी दस्सणगे ते हुण आपां करदे आ बापू जी नाल गल्लबात ते आओ चलीए। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਪਹੁੰਚੇ ਹਾਂ ਬਾਪੂ ਜੀ ਲਵੇ ਮਿਸਤਰੀ ਗੁਰਮੇਲ ਸਿੰਘ ਜੀ ਲਵੇ ਪਿੰਡ ਚੀਮਾ ਵਿਖੇ ਤੇ ਜਿਨ੍ਹਾਂ ਦੀਆਂ ਕਿ ਤੁਸੀਂ ਬਹੁਤ ਸਾਰੀਆਂ ਵੀਡੀਓ ਅਲੱਗ ਅਲੱਗ ਚੈਨਲਾਂ ਦੇ ਉੱਤੇ ਫੇਸਬੁੱਕ ਦੇ ਉੱਤੇ ਤੇ ਹੋਰ ਵੀ ਕਾਫੀ ਥਾਵਾਂ ਤੇ ਤੁਸੀਂ ਦੇਖੀਆਂ ਨੇ ਤੇ ਅੱਜ ਉਹ ਆਪਾਂ ਨੂੰ ਆਪਣਾ ਜੋ ਵੀ ਇਹਨਾਂ ਨੇ ਇੱਥੇ ਸਮਾਨ ਬਣਾਇਆ ਹੋਇਆ ਪਿੰਡ ਚੀਮਾ ਵਿਖੇ ਆ ਦੇਖੋ ਸਾਰਾ ਪਿਆ ਤੁਹਾਡੇ ਸਾਹਮਣੇ ਆ ਤੇ ਉਹਦੇ ਬਾਰੇ ਸਾਰਾ ਦੱਸਣਗੇ ਤੇ ਵੀ ਕੀ ਬਣਾਇਆ ਹੋਇਆ ਕਿਸ ਤਰ੍ਹਾਂ ਬਣਾਇਆ ਕੀ ਇਹਦਾ ਇਤਿਹਾਸ ਆ ਸਾਰਾ ਉਹਦੇ ਬਾਰੇ ਦੱਸਣਗੇ ਤੇ ਪਹਿਲਾਂ ਆਪਾਂ ਬਾਪੂ ਜੀ ਨੂੰ ਬੁਲਾ ਲਈਏ ਤੁਹਾਨੂੰ ਸਤਿ ਸ਼੍ਰੀ ਅਕਾਲ ਤੇ ਬਾਪੂ ਜੀ ਮੈਨੂੰ ਇੱਧਰ ਦੱਸੋ ਜੀ ਇਹਦੇ ਬਾਰੇ ਪਹਿਲਾਂ ਸਟਾਰਟਿੰਗ ਆਪਾਂ ਇੱਧਰੋਂ ਹੀ ਕਰ ਲੈਣੇ ਹਨਾ ਤੇ ਹਾਂ ਦੱਸੋ ਜੀ ਹੁਣ ਮਾੜਾ ਜਿਹਾ ਸਾਨੂੰ ਇਹਦੇ ਬਾਰੇ ਇਹ ਆ ਗਿਆ ਜੀ ਸਰਬਣ ਭਗਤ ਠੀਕ ਹੈ ਜੀ ਆਪਦੇ ਮਾਂ ਪਿਓ ਨੂੰ ਯਾਤਰਾ ਤੇ ਲਈ ਜਾਂਦਾ ਠੀਕ ਹੈ ਜੀ ਉਹ ਜੇਲ੍ਹ ਵਿੱਚ ਸਰਦਾਰ ਭਗਤ ਸਿੰਘ ਜੀ ਹਾਂਜੀ ਹਾਂ ਉਹ ਰਜਨੀ ਜਿਹੜੀ ਪਿੰਗਲੇ ਨੂੰ ਵਿਆਹੀ ਸੀ ਜੀ ਠੀਕ ਹੈ ਰਜਨੀ ਬੀਬੀ ਰਜਨੀ किसान उठ गड्डी लई जांदा जी पहलां उठ गड्डियां ज्यादा ਇਹ ਦਾਣੇ ਭੁੰਦੀ ਝੋਰੀ ਅੱਗੇ ਭੱਠੀ ਚੜ੍ਹਦੀ ਪਿੰਡਾਂ ਚ ਬਿਲਕੁਲ ਬਿਲਕੁਲ ਇਹ ਬਾਂਦਰ ਬਾਂਦਰੀ ਦਾ ਖੇਡਾਂ ਪਾਉਂਦੇ ਆ ਮਦਾਰੀ ਉਹ ਊਧਮ ਸਿੰਘ ਜੀ ਨੇ ਉਹ ਜਰਨਲ ਡਾਇਰ ਮਾਰਿਆ ਸੀ ਇੰਗਲੈਂਡ ਚ ਬਿਲਕੁਲ ਜੀ ਬਿਲਕੁਲ डुब गई सी अज तो 50 साल पहला ठीक है जी सारा तो वड्डी सरखस ए सी एदा नाम पोलो सीगा जी ठीक है हां जी मैं तीन बार देखी है मानसा अच्छा तुसी देखी है हां जी मानसा लगी सी ए थल्ले भी ओही है जी सारी हां जी सारे सरखस दे ओही सीन ने मेन जी अगे ਆਏ ਜਿਵੇਂ ਗੋਲ ਚੱਕਰ ਉਤੋਂ ਦੀ ਗੇੜੇ ਦਿੰਦੀ ਮੂਹਰਲਾ ਚੱਕਾ ਚੱਕਾ ਦਾ ਮੋਢੇ ਤੇ ਕੁੜੀ ਖੜਦੀ ਬਿਲਕੁਲ ਬਿਲਕੁਲ ਉਹ ਚਾਰ ਕੁੜੀਆਂ ਇੱਕ ਸਾਈਕਲ ਤੇ ਹੁੰਦੀਆਂ ਇਹ ਵੀ ਗੇੜੇ ਦਿੰਦੀਆਂ ਇਹ ਦੇਖਿਆ ਜੀ ਸਹੀ ਇਹ ਜੌਕਰ ਹੁੰਦੇ ਜਿਵੇਂ ਪਹਿਲਾਂ ਉਹਨਾਂ ਸੌਂਦੇ ਸੀਗੇ ਜੀ ਬਾਉਣੇ ਛੋਟੇ ਛੋਟੇ ਬਹੁਤ ਤਕੜੀ ਸਰਖ ਸੀ ਇਹ ਤੇ ਆ ਇੱਧਰ ਜੀ ਦਿਖਾਇਆ ਜੀ ਥੱਲੇ ਨਰਕਾ ਅੱਛਾ ਉਹ ਧਰਮਰਾਜ ਬੈਠਾ ਪਹਿਲਾਂ ਬੰਦਾ ਉੱਥੇ ਜਾਂਦਾ ਉਮਰ ਭੋਗ ਕੇ ਉੱਥੇ ਜਾਂਦਾ ਪਹਿਲਾਂ ਹਾਂਜੀ ਬਈ ਖਾਤਾ ਖੁੱਲਦਾ ਕਰਮਾਂ ਦੇ ਲੇਖੇ ਜੋਖੇ ਹੁੰਦੇ ਪਹਿਲਾਂ ਉੱਥੇ ਆਉਂਦਾ ਜਾਨੀ ਹਾਂ ਉਹ ਬੰਦੇ ਦਾ ਲੇਖਾ ਜੋਖਾ ਹੋ ਰਿਹਾ ਪਾਪ ਪੁੰਨ ਤੋਲੇ ਜਾਂਦੇ ਆ ਪਾਪ ਵੱਧ ਗਿਆ ਕੰਡਿਆਂ ਵਾਲਾ ਗੇਟ ਆ ਨਰਕਾਂ ਚ ਚੰਗੇ ਕਰਮ ਕਰਦੇ ਆ ਫੁੱਲਾਂ ਵਾਲੇ ਗੇਟ ਆਉਂਦੇ ਆ ਫੁੱਲਾਂ ਦੀਆਂ ਵਰਖਾ ਹੁੰਦੀ ਠੀਕ ਹੈ ਮਾਈ ਨਾਮ ਜਪਦੀ ਹੈ ਬੱਚਾ ਇੱਕ ਲੱਤ ਤੇ ਖੜ ਕੇ ਪਾਠ ਕਰਦਾ ਉਹ ਮਹਾਂਪੁਰਸ਼ ਉਦੋਂ ਆਉਂਦੇ ਆ ਕਿਸੇ ਨਗਰ ਦਾ ਭਲਾ ਕਰਨਾ ਠੀਕ ਹੈ ਜੀ ਇੱਕ ਜ਼ਿਮੀਦਾਰ ਸੀ ਇਹਨੇ ਖਰਬੂਜਾ ਦਾਨ ਕਰਿਆ ਸੀ ਹਾਂਜੀ ਉਮਰ ਭੋਗ ਕੇ ਗਿਆ ਫਿਰ ਇਹਨੂੰ ਢੇਰ ਮਿਲੇ ਆਪਾਂ ਇੱਕ ਪੁੰਨ ਕਰਦੇ ਆ ਉੱਥੇ 10 ਗੁਣਾ ਵੱਧਦੇ ਨੇ ਉਹ ਜਿਹੜੇ ਮੰਜੇ ਤੇ ਪਏ ਨੇ ਕੋਈ ਮਾਂ ਪਿਓ ਦੀ ਸੇਵਾ ਕਰਦੇ ਨੇ ਕੋਈ ਸਾਧੂ ਸੰਤਾਂ ਦੀ ਫੇਰ ਐ ਸੇਵਾ ਹੁੰਦੀਆਂ ਸੁਰਗਾਂ ਚ ਵੀ ਅਗਲੇ ਜਨਮ ਚ ਵੀ ਉਹ ਜਿਹੜੇ ਮਿੱਠਾ ਪਾਣੀ ਪਿਆਉਂਦੇ ਆ ਗਰਮੀਆਂ ਚ ਸੁਰਗਾਂ ਚ ਵੀ ਮੌਕੇ ਮਿਲਦੇ ਆ ਪਾਣੀ ਪਿਆਉਣ ਦੇ ਨਾਮ ਜਪਣ ਦੇ ਉੱਥੇ ਉਹ ਜਾਂਦਾ ਜਿਹੜਾ ਸ਼ਰਧਾ ਨਾਲ ਪਿਆਉਂਦਾ ਸਾਰੇ ਨਹੀਂ ਜਾਂਦੇ ਇਹ ਇੱਕ ਪਤੀ ਪਤਨੀ ਨੇ ਪਤੀ ਦੀ ਸੇਵਾ ਕਰਦੇ ਨੇ ਆਏ ਵਾਰੀ ਸੁਰਗਾਂ ਚ ਆਉਂਦੇ ਆ ਜਿਹੜੀ ਪਤਨੀ ਪਤੀ ਦੀ ਸੇਵਾ ਕਰਦੀ ਹੈ ਉਹ ਕਦੇ ਨਰਕਾਂ ਚ ਨਹੀਂ ਜਾਂਦੇ ਪਤੀ ਇੱਕ ਪਰਮੇਸ਼ਰ ਦਾ ਰੂਪ ਮੰਨੇ ਗਏ ਨੇ ਪਤਨੀ ਵਾਸਤੇ ਜੇ ਪਤੀ ਨੂੰ ਛੱਡਦੇ ਸਾਰੀ ਦੁਨੀਆਂ ਦੀ ਸੇਵਾ ਕਰੇ ਉਹ ਔਰਤ ਕਦੇ ਨਰਕਾਂ ਚੋਂ ਨਹੀਂ ਨਿਕਲਦੀ ਸਾਰੀ ਦੁਨੀਆਂ ਨੂੰ ਛੱਡਦੇ ਪਤੀ ਦਾ ਲੜਨਾ ਛੱਡੇ ਉਹ ਕਦੇ ਨਰਕਾਂ ਚ ਨਹੀਂ ਜਾਂਦੇ ਠੀਕ ਹੈ ਜੀ ਹਾਂ ਥੱਲੇ ਆ ਗਿਆ ਜੀ ਨਰਕ ਇਹਨੂੰ ਸਾਰੀ ਤੇ ਲੈ ਕਰਨਾ
पत्थर खिंड जांदे जदों उमर भोग के जांदा फिर जमजूत रेड़े जोड़ के भार खिचाउंदे आ फिर डंडिया नाल कुटदे आ ओही रोड़िया दियां फिर ठोकरां ठेडे वजदे आ जेड़ा सूलां ते पिया हां जी कोई चोरियां करदे ने कोई ठगियां करदे ने किसे नाल बेईमानियां सूलां ते पा के जमजू ते फेर संगलां नाल कुटदे आ इह जमका ठेंगा बुरा है ओ ना सहा जाए इह निरा गंद है जी औरतां चाहे बंदा जिवें कोई गंदियां गालां कढदे ने गंदे नशे करदे ने हां जी ते ओहनां नूं फिर इह गंद सिड़दे ने ओहदी दे हत्थ वड्डे आ कोई झूठियां गवाहियां दिंदे ने झूठियां सौहां खांदे झूठियां दलालियां करदे ओहनां दे उत्थे हत्थ वढ दिंदे ने वड्डे जाणगे दलाला हत्थ तेरे झूठियां दलालियां करदे ए जेड़े मुर्गे वगैरा खांदे आ बकरे ओहनां नूं चरखड़ियां ते बन्न के थले अग मचा के फिर जमजूत अग ते भौंदे आ ਉਹ ਕੜਾਹਿਆਂ ਚ ਕੋਈ ਆਂਡਾ ਮੀਟ ਮੱਛੀ ਖਾਂਦੇ ਆ ਉਬਲਦੇ ਪਾਣੀ ਕੜਾਹਿਆਂ ਸਿੜਦੇ ਨੇ ਉਹ ਬੰਦਾ ਹੱਥ ਬੰਨੀ ਜਾਂਦਾ ਜੰਮ ਫੜ ਕੇ ਉਹਨਾਂ ਨੂੰ ਵਿੱਚ ਸਿੜਦੇ ਆ ਇਹ ਜਿਹੜੇ ਨਿੱਕੀਆਂ ਕੁੜੀਆਂ ਮਾਰਦੇ ਆ ਕੁੜੀ ਮਾਰਨਾ ਬਹੁਤ ਵੱਡਾ ਪਾਪ ਹੈ ਉਹਨਾਂ ਨੂੰ ਉੱਥੇ ਕੋਲੂਆਂ ਕਲਾੜੀਆਂ ਚ ਪੀੜ ਦਿੰਦੇ ਆ ਉਹ ਇਹਦੇ ਘਰ ਵਾਲਾ ਜਿਹਨੂੰ ਖਿੱਚੀ ਆਉਂਦੇ ਆ ਉਹ ਵੀ ਬਰਾਬਰ ਦਾ ਹਿੱਸੇਦਾਰ ਆ ਉਹਨੂੰ ਵੀ ਵਿੱਚ ਪੀੜਦੇ ਆ फिर गेड़ जेड़े रब दा नाम नहीं लैंदे कंची नाल तिल तिल करके जीव कट दिंदे जिन्ने पाप करदा बंदा जां औरत ओहदे पापां दी पंड ओहदे सिर ते धरदे आ मूहरे दरिया आउंदा समुंदर ਉਹਨੂੰ ਕਹਿੰਦੇ ਪਾਰ ਕਰਨਾ ਪੈਂਦਾ ਅੱਗੇ ਜਾਨਵਰ ਫੜਦੇ ਆ ਪਿੱਛੇ ਮੁੜਦਾ ਜਮਜੂਤ ਛੁਰੇ ਵਰਛੇ ਮਾਰਦੇ ਆ ਕਹਿੰਦੇ ਨਾ ਅੱਗੇ ਨੰਗਿਆ ਜਾਂਦਾ ਨਾ ਪਿੱਛੇ ਮੁੜਿਆ ਜਾਂਦਾ ਐਂ ਲੋਕ ਪਾਰ ਕਰਦੇ ਆ ਜਾਨਵਰ ਫੜਦੇ ਆ ਉਹ ਇੱਕ ਔਰਤ ਆ ਕੇਸਾਂ ਤੋਂ ਫੜੀ ਪੈਰਾਂ ਤੋਂ ਪਰਾਂ ਅੱਗ ਮੱਚਦੀ ਉਹਦੇ ਵਿੱਚ ਸਿੜਦੇ ਆ ਜਿਹੜੀ ਔਰਤ ਕੋਈ ਪਤੀ ਨੂੰ ਜਿਵੇਂ ਤਲਾਕ ਦੇ ਦਿੰਦੀਆਂ ਨੇ ਗੰਦੀਆਂ ਗਾਲਾਂ ਕੱਢਦੀਆਂ ਨੇ ਅਵਾਰਾ ਗਰਦੀ ਕਰਦੀਆਂ ਨੇ ਉਹਨਾਂ ਨੂੰ ਮੱਚਦੀ ਅੱਗ ਚ ਇੱਕ ਵਾਰੀ ਨੀ ਫਿਰ ਕਈ ਜਨਮ ਡਿੱਗਣਾ ਪੈਂਦਾ ਜਿਹੋ ਜੇ ਕੋਈ ਕਰਮ ਕਰਦਾ ਓਹੋ ਜੇ ਭਰਦਾ ਤੇ ਆਹਾ ਜੀ ਇੱਧਰ ਇਹ ਅੱਗੇ ਜਿਵੇਂ ਪੱਠੇ ਚੱਲਦੇ ਜੀ ਪੁਰਾਣੇ ਗਧਿਆਂ ਤੇ ਇੱਟਾਂ ਢੋਂਦੇ ਹੁੰਦੇ ਉਹ ਚੀਜ਼ ਜੀ ਉਹ ਜੋਗੀ ਐ ਸੱਪ ਕੱਢਦੇ ਪਿੰਡਾਂ ਚ ਇਹ ਹਰਨਾਸ਼ਕਾ ਜਿਹੜਾ ਕਹਿੰਦਾ ਸੀ ਨਾ ਅੰਦਰ ਮਰਾਂ ਨਾ ਬਾਹਰੇ ਨਾ ਦਿਨੇ ਨਾ ਰਾਤ ਨੂੰ ਉਹ ਨਹੁੰ ਨਾਲ ਪਾੜਿਆ ਸੀ ਬਾਹਰ ਦੇ ਵਿੱਚ ਉਹ ਤੱਤੇ ਥੰਮਾਂ ਨੂੰ ਜੱਫੀਆਂ ਪਵਾਈਆਂ ਪ੍ਰਹਲਾਦ ਨੂੰ ਉਹਦੀ ਭੂਆ ਚ ਖਾਤੇ ਲੈ ਕੇ ਬੈਠੀ ਉਹ ਮੱਚ ਗਈ ਸੀ ਪ੍ਰਹਲਾਦ ਬਚ ਗਿਆ ਸੀ ਉਹ ਬਾਬਾ ਫਰੀਦ ਜੀ ਪਏ ਨੇ ਉਹਨਾਂ ਦੀ ਮਸੀਤ ਠੀਕ ਹੈ ਜੀ ਆ ਮੈਡਮ ਬੈਠੀ ਏ ਕੋਠੀ ਇਹਦੀ ਥੱਲੇ ਅੰਬ ਦੇ ਬਰੋਟੇ ਤੇ ਹੈ ਜੀ ਠੀਕ ਹੈ ਜੀ ਬੰਦਾ ਸਿੰਘ ਬਹਾਦਰ ਸਿੰਘ ਚਰਖੜੀਆਂ ਦੇ ਚੜਾਏ ਭਾਈ ਸਵੇਕ ਸਿੰਘ ਹੋਰੀ ਇਹਨਾਂ ਦਾ ਪੁੱਤਰ ਸੀ ਇਹ ਵੀ ਚੜਾਇਆ ਇਹ ਨਗਰ ਕੀਰਤਨ ਜਾ ਰਿਹਾ ਜੀ ਪਾਲਕੀ ਪੰਜ ਪਿਆਰੇ ਫੁੱਲ ਵਰਸਾਉਂਦੇ ਗਤਕਾ ਖੇਡਦੇ ਮੂਵੀ ਬਣਾਉਂਦੇ ਘੋੜੇ ਤੇ ਨਗਾਰੇ ਵਜਾਉਂਦੇ ਬਹੁਤ ਵਧੀਆ ਨੀਚੇ ਜੀ ਨੀਚੇ ਮੀਰ ਮਨੂ ਦੀ ਜੇਲ ਜਿੱਥੇ ਬੀਬੀਆਂ ਨੇ ਗਲਾਂ ਚ ਹਾਰ ਪਾਏ ਬੱਚੇ ਕੱਟ ਕੇ ਗਿੱਲੇ ਪੀਹਣ ਪੀਹੇ ਅੱਧੀ ਅੱਧੀ ਰੋਟੀ ਤੇ ਬੱਚਿਆਂ ਨੂੰ ਆਏ ਪੱਥਰਾਂ ਨਾਲ ਮਾਰਦੇ ਨੇਜਿਆਂ ਤੇ ਟੰਗਦੇ ਉਹ ਮੀਰ ਮਨੂ ਬੈਠਾ ਜਿਹੜਾ ਉਹ ਹੁਕਮ ਚੱਲਦਾ ਸੀ ਆਏ ਕਾਂ ਕੁੱਤੇ ਉਹਨਾਂ ਦੇ ਮਾਸ ਦੇ ਟੁਕੜੇ ਲੈ ਕੇ ਜਾਂਦੇ ਸੀ ਸ਼ਿਕਾਰੀ ਸ਼ਿਕਾਰ ਕਰਦਾ ਜੀ ਪਾਪ ਇਹਨਾਂ ਨੂੰ ਨਾ ਮਾਰੋ ਇਹ ਪੰਜਾਬੀ ਵਿਰਸਾ ਅੱਗੇ ਸਹੁਰਿਆਂ ਤੋਂ ਲੋਕ ਆਏ ਉਹ ਰੁੱਖ ਵੱਢਦਾ ਵੀ ਰੁੱਖਾਂ ਨੂੰ ਨਾ ਵੱਢੋ ਆਪਾਂ ਨੂੰ ਫਲ ਦਿੰਦੇ ਨੇ ਇਹ ਕਲਾੜੀ ਚੱਲਦੀ ਜੀ ਬਲਦ ਹੱਕ ਦੇ ਗੰਨੇ ਲਾਉਂਦਾ ਜਿਮੀਦਾਰ ਪਕਾਵਾ ਗੁੜ ਪਕਾਉਂਦਾ ਉਹ ਭੇਲੀਆਂ ਹੁੰਦੀਆਂ ਇਹ ਗੱਡੇ ਹੁੰਦੇ ਪਹਿਲਾਂ ਜੀ ਤੇ ਸਮਾਨ ਢੋਂਦੇ ਪੁਰਾਣੇ ਖੇਤੀ ਵਾਲੇ ਸਾਰੇ ਇਹ ਹਾਲ ਹੁੰਦੇ ਲੱਕੜ ਦੇ ਮੂਹਲਾ ਉਖੜੀ ਤੰਗਲੀਆਂ ਦਸਾਂਗੇ ਉਹ ਦਾਤੀ ਖੁਰਪਾ ਕਹੀ ਸੁਹਾਗੀ ਲਾਲ ਚੰਦ ਜਾਵਾਂਦਾ ਜੱਟ ਉਹ ਜਿੰਦਰਾ ਤਰਪਾਲੀ ਕੁੜੀਆਂ ਦਰੀ ਬੁਣਦੀਆਂ ਉਹ ਦਰੀਆਂ ਹੀ ਬੁਣਦੇ ਉਹ ਵੇਲਣੀ ਕਪਾਹ ਵੇਲਦੀਆਂ ਬੁੜੀਆਂ ਜੀ ਠੀਕ ਹੈ ਜੀ
ਇਹ ਮਧਾਣੀ ਰਿੜਕਣਾ ਥੀ ਦੁੱਧ ਅੜਕਦੇ ਚਰਖਾ ਕ੍ਰਿਸ਼ਨ ਮਹਾਰਾਜ ਦਾ ਰਥ ਊਰੀ ਕੁੜੀਆਂ ਨਾਲੇ ਬੁਣਦੀਆਂ ਅੱਡਿਆਂ ਤੇ ਇਹ ਵਿਆਹ ਵਾਲਾ ਘਰ ਉਹ ਕੋਠੇ ਤੇ ਸਪੀਕਰ ਲਾਉਂਦੇ ਮੰਜੇ ਜੋੜ ਕੇ ਉਹ ਚਾਬੀ ਵਾਲੀ ਮਸ਼ੀਨ ਆ ਪਤੰਗੀਆਂ ਲਾਉਂਦੇ ਰੇਡੀਓ ਵਾਲਾ ਚਾਹ ਪੀਂਦਾ ਲੱਡੂ ਜਲੇਬੀਆਂ ਖਾਂਦੇ ਉਹ ਬੱਕਰੀ ਪੱਖੀ ਥਾਪਾ ਢੇਰਨੀ ਇਹ ਸਾਰਾ ਸਮਾਨ ਜਿਹੜਾ ਬਣਿਆ ਹੋਇਆ ਜੀ ਲੱਕੜੀ ਦਾ ਬਣਿਆ ਸਾਰਾ ਸਮਾਨ 17 ਸਾਲਾਂ ਚ ਇਹ ਤਿਆਰ ਹੋਇਆ ਜੀ ਠੀਕ ਹੈ ਜੀ 17 ਸਾਲ ਲੱਗ ਜਾਣੇ ਇਹਨੂੰ ਬਣਾਉਣ ਦੇ ਖੇਤੀਬਾੜੀ ਦੇ ਸੰਦ ਦਾਤੀਆਂ ਖੁਰਪੇ ਕਹੀਆਂ ਜਿੰਦਰੇ ਹਲ ਤਰਪਾ ਉਹ ਚੀਜ਼ਾਂ ਸੀ ਬਹੁਤ ਵਧੀਆ ਉੱਠ ਗੱਡੀਆਂ ਦੋ ਬਲਦਾਂ ਵਾਲੀਆਂ ਰੇਹੜੀਆਂ ਸਾਰਾ ਸੀ ਬਾਕੀ ਆਪਣਾ ਫੋਨ ਨੰਬਰ ਇਹਦੇ ਵਿਚ ਆਪਾਂ ਬਾਕੀ ਜੇ ਤੁਸੀਂ ਬਾਈ ਚਾਂਸ ਆਉਣਾ ਬਾਬਾ ਜੀ ਲਵੇ ਇਹ ਦੇਖਣ ਸਾਰੀਆਂ ਕਲਾ ਕਿਰਤੀਆਂ ਜਿਹੜੀਆਂ ਬਣਾਈਆਂ ਨੇ ਇਹ ਚੀਮਾ ਪਿੰਡ ਹੈ ਆਪਣੇ ਇਸ ਨਾਮ ਤੋਂ ਗਾਹਾਂ ਚੀਮਾ ਹੀ ਆਉਂਦਾ 13 ਕਿਲੋਮੀਟਰ ਬਠਿੰਡਾ ਰੋਡ ਤੇ ਪੈਂਦਾ ਬਠਿੰਡਾ ਰੋਡ ਤੇ ਤੇ ਬਾਬਾ ਅਤਰ ਸਿੰਘ ਜੀ ਦਾ ਜਨਮ ਸਥਾਨ ਹੈ ਪਿੰਡ ਚੀਮਾ ਤੇ ਉੱਥੇ ਆ ਕੇ ਤੁਸੀਂ ਦੇਖ ਸਕਦੇ ਹੋ ਤੇ ਬਾਬਾ ਜੀ ਦਾ ਨਾਂ ਹੈਗਾ ਆਪਣਾ ਗੁਰਮੇਲ ਸਿੰਘ ਜੀ ਤੇ ਇਹਨਾਂ ਦਾ ਫੋਨ ਨੰਬਰ ਬਣਾ ਦੱਸ ਦਿਓ ਤੁਸੀਂ 98 56 13 301 ਠੀਕ ਹੈ ਜੀ ਤੇ ਇਹਨਾਂ ਦਾ ਫੋਨ ਨੰਬਰ ਹੈ ਤੇ ਤੁਸੀਂ ਫੋਨ ਕਰਕੇ ਵੀ ਐਡਰੈਸ ਵਗੈਰਾ ਕਈ ਵਾਰੀ ਨਹੀਂ ਪਤਾ ਲੱਗਦਾ ਤੇ ਪਤਾ ਕਰ ਸਕਦੇ ਹੋ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਕਰਦੇ ਹਾਂ ਬੰਦ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਓਕੇ ਜੀ ਸਤਿ ਸ੍ਰੀ ਅਕਾਲ।